ਨਮਸਕਾਰ ਸੱਚਕੂ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਵੇਲੇ ਅਸੀਂ ਉਸ ਪਵਿੱਤਰ ਸਥਾਨ ਤੇ ਮੌਜੂਦ ਹੈ ਜਿੱਥੋਂ ਡੇਰਾ ਸੱਚਾ ਸੋਦਾ ਦੇ ਪਹਿਲੇ ਸੰਸਥਾਪਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੱਚਾ ਸੋਦਾ ਦੀ ਸ਼ੁਰੂਆਤ ਕੀਤੀ ਸੀ ਬਿਲਕੁਲ ਮੇਰੇ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਡੇਰਾ ਸੱਚਾ ਸੋਦਾ ਦਾ ਪਹਿਲਾ ਆਸ਼ਰਮ ਸੀ ਜਿਸ ਨੂੰ ਸਵਮ ਪੂਜਨੀਕ ਸਾਈਂ ਸ਼ਾਮ ਮਸਤਾਨਾ ਜੀ ਨੇ ਦਿਨ ਰਾਤ ਇੱਕ ਕਰਕੇ ਇਸ ਡੇਰੇ ਦੀ ਨਿਉ ਰੱਖੀ ਸੀ ਸਭ ਤੋਂ ਪਹਿਲਾਂ ਝੌਂਪੜੀ ਬਣਾਈ ਸੀ ਇਸ ਆਸ਼ਰਮ ਦੇ ਵਿੱਚ ਉਸ ਤੋਂ ਬਾਅਦ ਹੌਲੀ-ਹੌਲੀ ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਇੱਥੇ ਡੇਰਾ ਸੱਚਾ ਸੋਧਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਆਸਪਸ਼ਟ ਆਣੀਆਂ ਸੀ ਉੱਥੋਂ ਸੰਗਤ ਆਉਣ ਲੱਗੀ ਤੇ ਸ਼ਹਿਰ ਤੋਂ ਵੀ ਸੰਗਤ ਆਉਣ ਲੱਗੀ ਤਾਂ ਸੇਵਾ ਕਾਰਜ ਜਿਹੜਾ ਦਿਨ ਦਾ ਚੱਲਦਾ ਰਿਹਾ ਤੇ ਮਸਤਾਨਾ ਜੀ ਨੇ ਕੜੀ ਮਿਹਨਤ ਦੇ ਨਾਲ ਇਸ ਦਰਬਾਰ ਨੂੰ ਜਿਹੜਾ ਸੱਚਾ ਸੋਧਾ ਦਾ ਬੂਟਾ ਲਾਇਆ ਸੀ ਅੱਜ ਇਹੀ ਬੂਟਾ ਵੱਡਾ ਦਰਖਤ ਬਣ ਕੇ ਮਿੱਠੇ ਫਲ ਵੀ ਦੇ ਰਿਹਾ ਤੇ ਠੰਡੀਆਂ ਛਾਵਾਂ ਵੀ ਦੇ ਰਿਹਾ ਹੈ ਅੱਜ 29 April ਆ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਇਸ ਪਵਿੱਤਰ ਤਾਰੀਖ ਦੀ 29 April ਦੀ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਸਾਈਂ ਸ਼ਾਹ ਮਸਾਨਾ ਜਿਨੇ 1948 ਨੂੰ ਇਸੇ ਧਰਤੀ ਤੋਂ ਨਿਉ ਰੱਖੀ ਸੀ ਸੱਚਾ ਸੋਦਾ ਆਸ਼ਰਮ ਦੀ ਇਸ ਮੁੱਦੇ ਤੇ ਲਾ ਕੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਸਤਬਰਮ ਚਾਰੀ ਸੇਵਾਦਾਰ ਮੌਜੂਦ ਹੈ ਭਾਈ ਸੁੰਦਰ ਜੀ ਉਹਨਾਂ ਨਾਲ ਵੀ ਗੱਲਬਾਤ ਵੀ ਕਰਾਂਗੇ ਬਹੁਤ ਲੰਬੇ ਸਮੇਂ ਤੋਂ ਇੱਥੇ ਸੇਵਾਵਾਂ ਦੇ ਰਹੇ ਹੈ ਜੀ ਇਹ ਬਹੁਤ ਅਸ਼ਕਾ ਸਾਡੇ ਸਚੇ ਪਾਸ਼ਾ ਨੇ ਆਕੇ ਥੇ ਚਰਨ ਲਗਾਏ ਤੇ ਉਹਨਾਂ ਨੇ ਦੁਨੀਆ ਦਾ ਆਧਾਰ ਕਰਨ ਵਾਸਤੇ ਤੇ ਸਾਡਾ ਵੀ ਆਧਾਰ ਹੋ ਗਿਆ ਉਹਦੇ ਨਾਲ ਤੇ ਇਹ ਮਾਲਕ ਨੇ ਫਿਰ 29 ਅਪ੍ਰੈਲ ਨੂੰ ਸਚੇ ਪਾਸ਼ਾ ਨੇ ਆਕੇ ਥੇ ਜਾਮੇ ਸਾਂ ਪਾਇਆ ਸਭ ਨੂੰ ਉਹ ਇਸੇ 29 ਅਪ੍ਰੈਲ ਤੇ ਸਾਧ ਸੰਗਤ ਕਿਵੇਂ 29 ਅਪ੍ਰੈਲ ਨੂੰ ਫਿਰ ਮਨਾਉਂਦੀ ਹੈ ਬਾਈ ਜੀ ਉਹ ਮਨਾਉਂਦੀ ਹੈ ਬਹੁਤ ਵੱਡਾ ਸਾਡਾ ਤਿਹਾਰ ਹੈ ਚਾਰੇ ਧਰਮ ਇਕੱਠੇ ਕਰੇ ਜਾਂਦੇ ਉਹ ਤਾਂ ਮਨਾਏ ਚਾਰੇ ਧਰਮਾਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਇੱਥੇ ਪਹਿਲਾਂ ਹੁੰਦਾ ਤਾਂ ਜਿੱਦ ਤੱਕ ਕਹਿ ਨਹੀਂ ਸਕਦੇ ਪਰ ਵੰਡਿਆ ਹੈ ਕਈ ਸਾਲ ਵੰਡੇ ਰਹੇ ਹੈ ਲੱਗਦਾ ਦਰਸ਼ਕਾਂ ਨੂੰ ਇਹ ਵੀ ਗੱਲ ਦੱਸ ਦਈਏ ਕਿ ਇਹ ਉਹ ਪਵਿੱਤਰ ਸਥਾਨ ਹੈ ਜਿਹੜੀ ਮੇਰੇ ਪਿੱਛੇ ਤੁਸੀਂ ਗੋਲ ਤੇਰਾਵਾਸ ਦੇਖ ਰਹੇ ਹੋ ਇਸ ਨੂੰ ਲੈ ਕੇ ਵੀ ਅਸੀਂ ਬਾਈ ਸੁੰਦਰਨਾ ਗੱਲਬਾਤ ਕਰਾਂਗੇ ਇਸ ਪਵਿੱਤਰ ਸਥਾਨ ਤੇ ਡੇਰਾ ਸੱਚਾ ਸੋਦਾ ਦੀਆ ਤਿੰਨੋਂ ਪਾਤਸ਼ਾਹੀਆਂ ਨੇ ਸਮੇਂ-ਸਮੇਂ ਤੇ ਆਪਣਾ ਸਮਾਂ ਗੁਜ਼ਾਰਿਆ ਪਰਮਪਤਾਈ ਦੇ ਵੀ ਅਕਸਰ ਵੀਡੀਓ ਅਸੀਂ ਦੇਖੇ ਸੀ ਬਾਰੀ ਦੇ ਵਿੱਚੋਂ ਦਰਸ਼ਨ ਦਿੰਦੇ ਹੁੰਦੇ ਸਾਧ ਸੰਗਤ ਨੂੰ ਤੇ ਇਸੇ ਤਰ੍ਹਾਂ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਂ ਵੀ ਉਸੇ ਬਾਰੀ ਤੋਂ ਦਰਸ਼ਨ ਦੇ ਕੇ ਜੀਵਾਂ ਨੂੰ ਜਿਹੜੀ ਰੋਹਾਨੀ ਆਪ ਦਾ ਦਰਸ਼ਨ ਦਿੰਦੇ ਸੀ ਇਸ ਗੱਲਬਾਤ ਨੂੰ ਵੀ ਕਰਾਂ ਗੱਲਬਾਤ ਕਰਾਂਗੇ ਬਾਈ ਜੀ ਇੱਥੇ ਤਿੰਨੋਂ ਪਾਸ਼ਾ ਜੀ ਨੇ ਸਮਾਂ ਗੁਜ਼ਾਰਿਆ ਹਾਂ ਜੀ ਸਮਾਂ ਗੁਜ਼ਾਰਿਆ ਹਜੂਰ ਪਿਤਾ ਜੀ ਨੇ ਵੀ ਪੂਰਾ ਸਾਨੂੰ ਇੱਥੋਂ ਬਾਰੀ ਬੀਤੀ ਅਸੀਂ ਦਰਸ਼ਨ ਕਰਦੇ ਰਹੇ ਹਾਂ ਅੱਛਾ ਹਾਂ ਪਹਿਲਾਂ ਵੀ ਕਰੇ ਪਰਮਪਿਤਾ ਜੀ ਦੇ ਵੀ ਕਰਦੇ ਰਹੇ ਹਾਂ ਤੇ ਬਾਈ ਜੀ ਆਸ਼ਰਮ ਦੇ ਬਾਰੇ ਹੋਰ ਕੁਝ ਦੱਸੋ ਇੱਥੋਂ ਜਦੋਂ ਮਸਾਨਾ ਜੀ ਆਉਂਦੇ ਸੀ ਕਿਸ ਤਰੀਕੇ ਦੀ ਤੁਹਾਨੂੰ ਗੱਲਾਂ ਬਾਤਾਂ ਪੁਰਾਣੀਆਂ ਯਾਦ ਹੋਣ ਸਾਰੇ ਜੀ ਬਾਰੇ ਤਾਂ ਅਸੀਂ ਉਹ ਗੱਲ ਨਹੀਂ ਨਾ ਜੀ ਪੂਰੇ ਨਹੀਂ ਆਈ ਨਹੀਂ ਉਹ ਤਾਂ ਤਾਈ ਜੀ ਨਾਲ ਨਹੀਂ ਨਾ ਪਰਮਪਿਤਾ ਜੀ ਬਹਿ ਜਾਂਦੇ ਨੇ ਪਰਮਪਿਤਾ ਜੀ ਕੋਲ ਹਾਂ ਪਰਮਪਿਤਾ ਜ ਹਰ ਲਾਈਫ ਇੱਥੇ ਮਿਲਦੇ ਹੁੰਦੇ ਸਭ ਨੂੰ ਮਿਲਦੇ ਹੁੰਦੇ ਸੀ ਉਸ ਗੱਲ ਬਾਰੇ ਵਿੱਚ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੇ ਉਹ ਨਿਮਾ ਥੱਲੇ ਬਹਿੰਦੇ ਆ ਅੱਛਾ ਹਾਂ ਉੱਥੇ ਅੱਛਾ ਹਾਂ ਉਥੇ ਉਥੇ ਸਟੇਜ ਲੱਗਦਾ ਮਿਲਦੇ ਵੀ ਉੱਥੇ ਸੰਗਤ ਆਮ ਕੇਰਾ ਬਣ ਲੈਂਦੇ ਆ ਆਮ ਕੇਰਾ ਬਣ ਕੇ ਸਾਥ ਸੰਗਤ ਨੂੰ ਇੱਕ ਇੱਕ ਕਰਕੇ ਮਿਲਦੇ ਤੇ ਉੱਠ ਘੱਟ ਘੱਟ ਵਾਦੂਆ ਦੁੱਖ ਸੁੱਖ ਪੂਰਾ ਸੁਣਦੇ ਅਗਲੇ ਆਸ਼ੀਰਵਾਦ ਵੀ ਦਿੰਦੇ ਹੈ ਬੱਲੇ ਬੱਲੇ ਕਰਾਈ ਗਈ ਆ ਜੀ ਤੇ ਕਰਵਾਈ ਜਾਣਗੇ ਹੁਣ ਵੀ ਕਰਵਾਈ ਜਾਂਦੇ ਹੁਣ ਕਿਸੇ ਦੇ ਮਥਾਜ ਨਹੀਂ ਆਏ ਉਹ ਉਹ ਸਤਗੁਰ ਹੈ ਉਹ ਮਸਤਾਨਾ ਜੀ ਪੰਨਪਿਤਾ ਜੀ ਦੇ ਹਜ਼ੂਰ ਬੇ ਇੱਕੋ ਹੀ ਤਾਕਤ ਇੱਕੋ ਹੀ ਹੈ ਉਹ ਤੇ ਇੱਕੋ ਹੀ ਰਹੂਗਾ ਉਹ ਉਹ ਦੀ ਮਰਜ਼ੀ ਹੈ ਕਿਸੇ ਕਿਵੇਂ ਕਰਨੇ ਕਿਵੇਂ ਨਾ ਕਰਨ ਬਾਈ ਜੀ ਇੱਕ ਜਦੋਂ ਅ ਪੂਜਨੀਕ ਪਰਮ ਪਿਤਾ ਸ਼ਾਸਤਨਾਮ ਜੀ ਮਹਾਰਾਜ ਨੂੰ ਗੱਦੀ ਸੌਂਪੀ ਗਈ ਸੀ ਉਹਦੋਂ ਦੀਆਂ ਕੋਈ ਮਿੱਠੀਆਂ ਯਾਦਾਂ ਕੋਈ ਜਿਸ ਤਰੀਕੇ ਨਾਲ ਕਹਿੰਦੇ ਸੀ ਜਦੋਂ ਗੱਦੀ ਸੌਂਪੀ ਗਈ ਉਸ ਤਰੀਕੇ ਦੀ ਕੋਈ ਗੱਲਬਾਤ ਤੁਹਾਡੇ ਯਾਦ ਹੋਵੇ ਜਿੱਦਾਂ ਸਮਾਨ 28 ਫਰਵਰੀ ਨੂੰ ਗੱਦੀ ਸੌਂਪੀ ਗਈ ਇਹ ਗੇਟ ਦੇ ਬਾਸੇ ਸਮਾਨ ਰੱਖਿਆ ਸੀ ਉਸ ਤੋਂ ਬਾਅਦ ਉੱਥੇ ਮਸਤਾਨਾ ਜੀ ਨੇ ਖੜ ਕੇ ਪਿਤਾ ਜੀ ਨੂੰ ਸ਼ਹਿਰ 'ਚ ਜਲੂਸ ਕਢਾਇਆ ਦੂਜੀ ਜੀਪ 'ਚ ਲਾ ਕੇ ਬਿੜਾ ਛੱਤ ਵਾਲੀ 'ਚ ਇੱਕ ਦੋ ਮੇਰੇ ਵਰਗੇ ਖੜੇ ਰਹੇਗੇ ਕਹਿਣ ਲੱਗੇ ਨਹੀਂ ਭਾਈ ਮੌਜ ਉੱਥੇ ਜਾਂਦੇ ਨਾਲ ਜਾਓ ਉਹਨਾਂ ਦੇ ਫਿਰ ਆਉਂਦਿਆਂ ਨੂੰ ਉੱਦਾਂ ਬਾਹਰ ਅੱਗੇ ਖੜ ਕੇ ਕਹਿੰਦੇ आज आत्मा से परमात्मा किया शाह ते जो इसके दर्शन करेगा कांड कंड के दर्शन करेगा नर को भी नहीं जाएगा जिसको नाम दे जैसे कहने जुम्मेवार वो मस्ताना परम जी ने फिर आके उस तो बाद जो तो जो जुलूस कट गया आए ते अनामी की गुफा जी लिया के बिठाया अच्छा। हाँ। मतलब आ, मस्ताना ही ने इस अनामी की गुफा बोलिया अनामी की गुफा जी बिठाया लिया ਜਦੋਂ ਇਹਦਾ ਨਿਰਮਾਣ ਕਾਰਜ ਕਰਵਾਇਆ ਜਾਂਦਾ ਸੀ ਉਦੋਂ ਵੀ ਕੁਝ ਗੱਲਾਂ ਸ਼ਾਇਦ ਮਸਾਨੇ ਨੇ ਨਹੀਂ ਗਈਆਂ ਸੀ ਕਹੇ ਭੈਰਾ ਰਾਮ ਤੇ ਮਨੀ ਰਾਮ ਤੇ ਉਹ ਇੱਕ ਹੋਰ ਸੀ ਮੁਖਤਿਆਰ ਸਿੰਘ ਇਹਨਾਂ ਨੇ ਮਿਸਤਰੀ ਇਹਨਾਂ ਨੇ ਕਿ ਭਾਈ ਬੋਲੋ ਇਸਕੇ ਹੋ ਗਿਆ ਮੁਕੰਮਲ ਕੇ ਹਾਂਜੀ ਕਿ 1 2 3 ਬੰਦ ਲਾਏ ਤਿੰਨ ਬੰਦ ਹੈਗੇ ਤੇ ਤਿੰਨ ਬੰਦ ਪਿਤਾ ਜੀ ਨੇ ਉੱਤੇ ਲਾਏ ਮਸਾਨਾ ਜੀ ਨੇ 1 2 3 ਨੂੰ ਨਾ ਹਲਾ ਸਕਦਾ ਕੋ ਨਾ ਹਲਾਵੇ ਅੱਛਾ ਪਾਏ ਜਿਹੜੀਆਂ ਮਿੱਠੀਆਂ ਯਾਦਾਂ ਬਾਈ ਸੁੰਦਰ ਜੀ ਨੇ ਦੱਸਿਆ ਕਿਉਂਕਿ ਜਿਸ ਤਰੀਕੇ ਨਾਲ ਪੂਜਨਿਕ ਸਾਈ ਸ਼ਾ ਮਸਾਨਾ ਜੀ ਮਹਾਰਾਜ ਨੇ ਦੂਜੀ ਪਾਸ਼ਾਏ ਪਰਮ ਪਿਤਾਏ ਨੂੰ 28 ਫਰਵਰੀ 1960 ਨੂੰ ਗੱਦੀ ਸੌਂਪੀ ਸੀ ਤਾਂ ਉਸ ਤੋਂ ਉਪਰਾੰਤ ਜਿਹੜੀ ਇਹ ਤੇਰਾਵਾਸ ਹੈ ਜਿਹੜੀ ਹੁਣ ਇਸ ਨੂੰ ਤੇਰਾਵਾਸ ਕਿਹਾ ਜਾਂਦਾ ਹੈ ਜਦਕਿ ਪਹਿਲਾਂ ਸੇਵਾਦਾਰ ਜਿਹੜੇ ਡੇਰਾ ਸ਼ਰਧਾਲੂ ਸੀ ਗੁਫਾ ਆਖ ਦਿੰਦੇ ਸੀ ਇਹ ਉਹਨਾਂ ਨੂੰ ਸੌਂਪੀ ਗਈ ਸੀ ਤਾਂ ਬਾਈ ਸੁਦਰਨ ਨੇ ਦੱਸਿਆ ਇਹ ਸੀ ਤੇਰਾਵਾਸ ਦਾ ਨਜ਼ਾਰਾ ਸੀ ਤੁਹਾਨੂੰ ਦਿਖਾਇਆ ਜਿੱਥੇ ਕਿ ਸਾਈਂ ਸ਼ਾਮਸਾਨਾ ਜੀ ਮਹਾਰਾਜ ਨੇ ਇੱਕ ਵਾਰੀ ਪੂਰੇ ਪੰਡਾਲ ਦੀ ਨਜ਼ਰ ਮਰਵਾ ਦਿੰਨੇ ਆ ਇੱਥੇ ਸਮਾਂ ਬਤਾਇਆ ਪਿੱਛੇ 베ਰੀਆਂ ਹੁੰਦੀਆਂ ਸੀ 베ਰੀਆਂ ਵਿੱਚ ਵੀ ਅਕਸਰ ਜਾਂਦੇ ਰਹਿੰਦੇ ਸੀ ਇੱਥੇ ਡੇਰਾ ਸੱਚਾ ਸੋਧਾ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ 28 ਫਰਵਰੀ 1960 ਨੂੰ ਜਿਹੜੀ ਹੈ ਦੂਸਰੀ ਪਾਸ਼ਾਹੀ ਸ਼ਾਸਤਨਾਮ ਜੀ ਮਹ ਸੋੰਪੀ 1960 ਨੂੰ ਤੇ ਉਸ ਤੋਂ ਬਾਅਦ ਜਿਹੜਾ ਹਜ਼ੂਰ ਪਿਤਾ ਜੀ ਨੇ ਜਿਹੜੀ ਤੂਫਾਨ ਮੇਲ ਰਾਹੀਂ ਜਿਹੜਾ ਕੰਮ ਕੀਤਾ ਜੀ ਹਜ਼ੂਰ ਪਿਤਾ ਜੀ ਅੱਛਾ ਹਜ਼ੂਰ ਪਿਤਾ ਨੂੰ ਜਿਹੜੀ ਗੱਦੀ ਦਿੱਤੀ ਗਈ ਸੀ ਉਹ ਬਾਈ ਦੱਸ ਰਹੇ ਇੱਥੇ ਦਿੱਤੀ ਸੀ ਤੇ ਉਸ ਤੋਂ ਬਾਅਦ ਜਿਹੜਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਨੇ ਜਿਸ ਤਰੀਕੇ ਨਾਲ ਇੱਕ ਤੂਫਾਨ ਮੇਲ ਦੀ ਤਰ੍ਹਾਂ ਕੰਮ ਕੀਤਾ ਹੈ ਤੇ ਕਰ ਰਹੇ ਹਨ ਉਹ ਸਭ ਦੇ ਸਾਹਮਣੇ ਆ ਕਿਉਂਕਿ ਦੱਸਿਆ ਜਾਂਦਾ ਹੈ ਕਿ ਡੇਰਾ ਸੱਚਾ ਸੋਦ ਦੇ ਦੂਸਰੀ ਪਾਸ਼ਾਹੀ ਸੀ ਪੂਜਨਿਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਨੇ 11 ਲੱਖ ਜੀਵਾਂ ਨੂੰ ਨਾਮ ਦੀ ਅਨਮੋਲਤਾ ਦਿੱਤੀ ਸੀ ਤੇ ਉਸ ਤੋਂ ਬਾਅਦ ਦੀ ਜ਼ਿਕਰ ਗੱਲ ਕਰੀ ਤਾਂ ਪੂਜਨਿਕ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਨੇ ਸਾਡੀ ਜ਼ਿਕਰ ਗੱਲ ਕਰੀ ਤਾਂ ਉਹਨਾਂ ਨੇ 11 ਲੱਖ ਤੋਂ ਕਾਰਵਾ ਵਧਾਉਂਦੇ ਵਧਾਉਂਦੇ 7 ਕਰੋੜ ਤੱਕ ਪਹੁੰਚਾ ਦਿੱਤਾ ਜਿਸ ਤੇ ਅੱਜ ਪੂਰੀ ਦੁਨੀਆ ਵਿੱਚ ਡੇਰਾ ਸੱਚਾ ਸੋਦ ਦਾ ਦੇ ਸ਼ਰਧਾਲੂ ਮਨੁੱਖਤਾ ਭਲਾਈ ਦੇ ਕਾਰਜ ਉਹਨਾਂ ਦੇ ਦੱਸੇ ਤੇ ਕਰ ਰਹੇ ਨੇ ਫਿਲ ਤੁਨੇ ਸਟੋਰੀ ਕਿਦਾਂ ਦੀ ਲੱਗੀ ਸਾਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤਾਂ ਮੁਰਤ ਤੋਂ ਤੁਹਾਨੂੰ ਇੱਕ ਦਰਸ਼ਨ ਕਰਵਾ ਦਿੰਨੇ ਆ ਜੋ ਤੇਰਾਵਾਸ ਸਾਈਂ ਸ਼ਾਮ ਮਸਾਨਾ ਜੀ ਨੇ ਪਰਮ ਪਿਤਾ ਸ਼ਾਸਤਨਾਮ ਜੀ ਨੂੰ ਸੌਂਪੀ ਸੀ ਤੇ ਤਿੰਨੋਂ ਪਾਤਸ਼ਾਹੀਆਂ ਨੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਪਵਿੱਤਰ ਸਥਾਨ ਤੇ ਤਿੰਨੋਂ ਪਾਤਸ਼ਾਹੀਆਂ ਨੇ ਬਹੁਤ ਲੰਮਾ ਸਮਾਂ ਗੁਜ਼ਾਰਿਆ ਹੈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ